ਸਤਿ ਸ੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੁਰੂ ਕਰਦੇ ਹਾਂ ਧੰਨ ਕੌਰ ਦਾ ਆਖਰੀ ਤੇ ਤੀਜਾ ਭਾਗ। ਧੰਨ ਕੌਰ ਦੀ ਜ਼ਿੰਦਗੀ ਵਿੱਚ ਜੋ ਸਭ ਤੋਂ ਨਾਜ਼ੁਕ ਦਿਨ ਸੀ, ਉਸੇ ਦਿਨ ਹਰਦੀਪ ਦੇ ਬੋਲਾਂ ਨੇ ਉਸ ਦਾ ਦਰਦ ਹੋਰ ਡੂੰਘਾ ਕਰ ਦਿੱਤਾ ਸੀ, ਦਿਲ ਵਲੂੰਦਰ ਕੇ ਰੱਖ ਦਿੱਤਾ ਸੀ। ਅੱਜ ਤੱਕ ਉਹ ਉਸ ਦੀ ਹਰ ਵੱਡੀ ਛੋਟੀ ਗਲਤੀ ਨੂੰ ਨਜ਼ਰ ਅੰਦਾਜ਼ ਕਰਦੀ ਆਈ ਸੀ, ਪਰ ਅੱਜ ਜੋ ਹਰਦੀਪ ਨੇ ਧੰਨ ਕੌਰ ਲਈ ਸ਼ਬਦ ਵਰਤੇ ਸਨ, ਉਹ ਉਸ ਨੂੰ ਬਹੁਤ ਤੰਗ ਕਰ ਰਹੇ ਸਨ। ਧੰਨ ਕੌਰ ਸ਼ਮਸ਼ੇਰ ਦੇ ਘਰ ਤਾਂ ਆਪਣੇ ਹੰਝੂ ਰੋਕ ਕੇ ਮੋੜ ਆਈ ਸੀ, ਪਰ ਆਪਣੇ ਕਮਰੇ ਵਿੱਚ ਆ ਕੇ ਉਹ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕੀ। ਕਦੋਂ ਦੀ ਮੰਜੇ ਤੇ ਪਈ ਚੁੱਪ ਚਾਪ ਹੰਝੂ ਕੇਰ ਰਹੀ ਸੀ। ਬਾਹਰ ਵਿਹੜੇ ਵਿੱਚ ਉਸ ਦੀ ਸੱਸ ਬੈਠੀ ਆਪਣੀ ਕਿਸਮਤ ਨੂੰ ਕੋਸ ਰਹੀ ਸੀ। ਉਹ ਹਿੰਮਤ ਕਰਕੇ ਧੰਨ ਕੌਰ ਕੋਲ ਗਈ। ਧੀਏ ਚੱਲ ਬੱਸ ਕਰ, ਹੁਣ ਉੱਠ ਮੇਰੇ ਪੁੱਤ, ਤੂੰ ਤਾਂ ਬਹੁਤ ਸਿਆਣੀ ਆ ਮੇਰੇ ਬੱਚੇ, ਧੰਨ ਕੌਰ ਦੀ ਸੱਸ ਮੰਜੇ ਤੇ ਬੈਠਦੀ ਬੋਲੀ। ਬੀਜੀ, ਅਜਮੇਰ ਦੇ ਜਾਣ ਦਾ ਅੱਜ ਜਿੰਨਾ ਦੁੱਖ ਮੈਨੂੰ ਕਦੇ ਨਹੀਂ ਹੋਇਆ, ਸਭ ਤੋਂ ਵੱਧ ਦੁੱਖ ਇਸ ਗੱਲ ਦਾ ਦੂਸ਼ਣ ਲਗਾਇਆ, ਕਿਸੇ ਬਗਾਨੇ ਨੇ ਨਹੀਂ ਆਪਣੇ ਨੇ ਲਗਾਇਆ ਹੈ। ਹੋਕੇ ਭਰ ਕੇ ਰੋਂਦੀ ਧੰਨ ਕੌਰ ਨੂੰ ਉਸ ਦੀ ਸੱਸ ਨੇ ਪਾਣੀ ਵਾਲਾ ਗਲਾਸ ਫੜਾਇਆ ਸੀ। ਲੈ ਪੁੱਤ ਪਾਣੀ ਪੀ ਲੈ। ਪੁੱਤ ਜਿੰਨੀ ਕੋ ਮੱਤ ਦਿੱਤੀ ਮਾਪਿਆਂ ਨੇ, ਓਨੀ ਕੋ ਗੱਲ ਕਰਨੀ ਆਉਂਦੀ ਆ ਉਸ ਨੂੰ, ਨਾਲੇ ਤਾਂ ਆਪ ਤੰਗ ਹੁੰਦੀ ਆ, ਨਾਲੇ ਸਾਨੂੰ ਕਰਦੀ ਆ। ਕਿੰਨੀ ਵਾਰ ਛਿੱਤਰ ਵੀ ਖਾ ਲਏ ਆ, ਪੰਚਾਇਤਾਂ ਜੋੜ ਲਈਆਂ, ਪਰ ਪੁੱਤ ਹਰਦੀਪ ਨੂੰ ਕੋਈ ਫਰਕ ਨਹੀਂ ਪਿਆ। ਸੱਸ ਧੰਨ ਕੌਰ ਦੇ ਮੱਥੇ ਦੇ ਵਾਲ ਠੀਕ ਕਰਦੀ ਬੋਲੀ ਸੀ। ਪੁੱਤ ਸ਼ਮਸ਼ੇਰ ਵੱਲ ਵੇਖ, ਨਾ ਮਰਿਆਂ ਚ ਜਿਉਂ ਨਾ ਜਿਉਂਦਿਆਂ ਵਿੱਚ। ਪੁੱਤ ਤੂੰ ਤਾਂ ਘਰ ਨੂੰ ਮੋੜ ਆਈ। ਸ਼ਮਸ਼ੇਰ ਨੇ ਉਸੇ ਵੇਲੇ ਬਾਹੋਂ ਫੜ ਕੇ ਘਰ ਤੋਂ ਕੱਢ ਦਿੱਤੀ ਹਰਦੀਪ। ਪੁੱਤ ਨਾ ਰੋ, ਮੇਰੇ ਵੱਲ ਦੇਖ, ਮੇਰੇ ਨਾਲੋਂ ਵੱਧ ਦੁਖੀ ਕੌਣ ਹੋਊ। ਪੁੱਤ ਦੋ ਪੁੱਤ ਸਨ ਦੋਵਾਂ ਦੇ ਘਰ, ਤੇਰੇ ਬਾਪੂ ਜੀ ਨੂੰ ਗਿਆ ਕਿੰਨੇ ਵਰੇ ਹੋ ਗਏ, ਨਾ ਪਤਾ ਜਿਉਂਦਾ ਨਾ ਪਤਾ ਮਰ ਗਿਆ। ਆਪਾਂ ਨੇ ਤਾਂ ਇੰਤਜ਼ਾਰ ਕਰਦਿਆਂ ਅੱਜ ਤੱਕ ਉਸ ਦਾ ਭੋਗ ਵੀ ਨਹੀਂ ਪਾਇਆ। ਸੱਸ ਧੰਨ ਕੌਰ ਨੂੰ ਹੌਸਲਾ ਦੇਣ ਦੀ ਬੋਲੀ ਸੀ। ਖੋਰੇ ਕਿਸ ਚੰਦਰੇ ਦੀ ਨਜ਼ਰ ਲੱਗੀ ਹੈ, ਸਭ ਕੁਝ ਹੀ ਦੇਖਦਿਆਂ ਹੀ ਦੇਖਦਿਆਂ ਮੁੱਕ ਗਿਆ। ਪੁੱਤ ਤੇਰੇ ਬਾਪੂ ਜੀ ਦੇ ਖਾਨਦਾਨ ਦੀਆਂ ਜੜ੍ਹਾਂ ਲੱਗੀਆਂ ਰਹਿ ਗਈਆਂ। ਮੈਂ ਤਾਂ ਆਹ ਪੋਤਰਿਆਂ ਨੂੰ ਦੇਖ ਕੇ ਰੱਬ ਦਾ ਸ਼ੁਕਰ ਮਨਾ ਲੈਂਦੀ ਹਾਂ। ਰੱਬ ਕਰੇ ਜਲਦੀ ਦੇਣੀ ਜਵਾਨ ਹੋ ਜਾਣ, ਸਾਂਭਣ ਫਿਰ ਆਪੋ ਆਪਣੇ ਘਰਾਂ ਨੂੰ। ਸ਼ਮਸ਼ੇਰ ਦਾ ਹੌਸਲਾ ਤਾਂ ਅਜਮੇਰ ਦੇ ਗਿਆਂ ਟੁੱਟ ਗਿਆ ਸੀ। ਰਹਿੰਦੀ ਕਸਰ ਹਰਦੀਪ ਨੇ ਕੱਢ ਦਿੱਤੀ। ਸੱਸ ਨੇ ਧੰਨ ਕੌਰ ਦੇ ਹੰਝੂ ਸਾਫ ਕਰਦੀ ਨੇ ਕਿਹਾ, ਬੀਜੀ ਹਰਦੀਪ ਕਿੱਥੇ ਹੈ, ਧੰਨ ਕੌਰ ਨੇ ਪੁੱਛਿਆ ਸੀ। ਗੌਂਸਲਾ ਨੂੰ ਤੋਰ ਦਿੱਤੀ ਸ਼ਮਸ਼ੇਰ ਨੇ, ਸੱਸ ਨੇ ਜਵਾਬ ਦਿੱਤਾ ਸੀ, ਤੇ ਬੱਚੇ, ਧੰਨ ਕੌਰ ਨੇ ਰੋਣਾ ਰੋਕਦੀ ਨੇ ਪੁੱਛਿਆ ਸੀ। ਪੁੱਤ ਛੋਟਾ ਚੁੱਕਿਆ ਸੀ ਨਾਲ ਜਾਣ ਲਈ, ਸ਼ਮਸ਼ੇਰ ਨੇ ਲੈ ਜਾਣ ਨਹੀਂ ਦਿੱਤਾ। ਸੱਸ ਪੂਰੀ ਗੱਲ ਦੱਸਦੀ ਬੋਲੀ ਸੀ, ਇਕੱਲੀ ਨੂੰ ਤੋਰ ਆਇਆ ਸ਼ਮਸ਼ੇਰ, ਡਰ ਲੱਗਦਾ ਪੁੱਤ। ਸ਼ਮਸ਼ੇਰ ਤਾਂ ਗੁੱਸੇ ਵਿੱਚ ਤੋਰ ਆਇਆ, ਰਾਹ ਵਿੱਚ ਕੁਝ ਹੋਰ ਹੀ ਨਾ ਕਰ ਲਵੇ, ਸਾਰੇ ਬੰਨੇ ਜਾਵਾਂਗੇ। ਘੱਟ ਦਿਮਾਗ ਵਾਲੇ ਦਾ ਕੋਈ ਭਰੋਸਾ ਨਹੀਂ ਹੁੰਦਾ, ਸੱਸ ਨੇ ਡਰ ਜ਼ਾਹਿਰ ਕਰਦੀ ਨੇ ਕਿਹਾ ਸੀ। ਧੰਨ ਕੌਰ ਉਸੇ ਵੇਲੇ ਉੱਠੀ ਸੀ, ਬੱਚੇ ਤਾਂ ਭੁੱਖੇ ਹੋਣਗੇ, ਕੁਝ ਬਣਾ ਦਿੰਦੀ ਹਾਂ, ਤੁਸੀਂ ਬੱਚਿਆਂ ਨੂੰ ਲੈ ਆਵੋ। ਬੱਚਿਆਂ ਨੇ ਰੋਟੀ ਖਾ ਲਈ, ਪਰ ਸ਼ਮਸ਼ੇਰ ਨਹੀਂ ਸੀ ਆਇਆ। ਜਦੋਂ ਧੰਨ ਕੌਰ ਸ਼ਮਸ਼ੇਰ ਨੂੰ ਬੁਲਾਉਣ ਗਈ ਤਾਂ ਉਹ ਬੋਲਿਆ, ਭਾਬੀ ਹੁਣ ਮੈਂ ਕੀ ਮੂੰਹ ਲੈ ਕੇ ਆਵਾਂ, ਭਾਬੀ ਮੈਂ ਓਨੀ ਦੇਰ ਨਹੀਂ ਆਉਂਦਾ ਤੁਹਾਡੇ ਵੱਲ ਜਦੋਂ ਤੱਕ ਹਰਦੀਪ ਤੇਰੇ ਪੈਰੀ ਚੁੰਨੀ ਰੱਖ ਕੇ ਮਾਫ਼ੀ ਨਹੀਂ ਮੰਗਦੀ।
ਸ਼ਮਸ਼ੇਰ ਵੀਰ, ਤੂੰ ਹਰਦੀਪ ਨੂੰ ਕਿਉਂ ਘਰੋਂ ਭੇਜ ਦਿੱਤਾ? ਜਾ ਕੇ ਉਸ ਨੂੰ ਲੈ ਕੇ ਆ। ਬੱਚੇ ਕੀ ਸੋਚਣਗੇ, ਛੋਟਾ ਦੁੱਧ ਚੁੰਘਦਾ, ਇਹ ਕਿਵੇਂ ਸਹੂਗਾ ਮਾਂ ਬਗੈਰ? ਧੰਨ ਕੌਰ ਸਮਝਾਉਂਦੀ ਹੋਈ ਬੋਲੀ ਸੀ, ਭਾਬੀ ਮਾਂ ਬਾਪ ਦੀਆਂ ਕਰੀਆਂ ਬੱਚਿਆਂ ਨੂੰ ਵੀ ਭੋਗਣੀਆਂ ਪੈਂਦੀਆਂ। ਹਰਦੀਪ ਨੂੰ ਵੀ ਪਤਾ ਲੱਗੇ ਉਸਨੇ ਕੀ ਗਲਤੀ ਕੀਤੀ ਹੈ। ਸ਼ਮਸ਼ੇਰ ਦਾ ਗੁੱਸਾ ਅਜੇ ਵੀ ਘਟਿਆ ਨਹੀਂ ਸੀ। ਹਰ ਸਾਲ ਦੀ ਤਰ੍ਹਾਂ ਅੱਜ ਵੀ ਧੰਨ ਕੌਰ ਦੇ ਵੀਰ ਆਏ ਸਨ ਭੈਣ ਦੇ ਘਰ ਉਸ ਨਾਲ ਦੁੱਖ ਸਾਂਝਾ ਕਰਨ। ਨਾਲ ਮੁਹੰਮਦ ਰਫੀ ਵੀ ਆਇਆ ਸੀ। ਸਾਰਿਆਂ ਨੂੰ ਆਇਆ ਦੇਖ ਸ਼ਮਸ਼ੇਰ ਵੀ ਕੋਲ ਆ ਕੇ ਬੈਠ ਗਿਆ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹਰਦੀਪ ਫੇਰ ਪੇਕੇ ਚਲੀ ਗਈ ਹੈ ਤਾਂ ਮੁਹੰਮਦ ਰਫੀ ਗੱਲ ਤੋੜਦਾ ਬੋਲਿਆ ਸੀ, ਭੈਣ ਨਰਗਿਸ ਮੇਰੇ ਤਾਏ ਦੀ ਕੁੜੀ ਗੌਂਸਲਾ ਹੀ ਵਿਆਹੀ ਹੋਈ ਹੈ। ਮੈਂ ਇੱਕ ਦਿਨ ਵੈਸੇ ਹੀ ਹਰਦੀਪ ਦੀ ਗੱਲ ਕਰ ਬੈਠਿਆ ਉਸ ਨਾਲ। ਉਸਨੇ ਜਿਹੜੀ ਗੱਲ ਦੱਸੀ ਉਹ ਸ਼ਾਇਦ ਤੁਹਾਨੂੰ ਕਿਸੇ ਨੂੰ ਨਹੀਂ ਪਤਾ। ਇਹ ਨਾ ਸੋਚਿਓ ਮੈਂ ਕੋਈ ਚੁਗਲੀ ਕਰ ਰਿਹਾ, ਉਹ ਤਾਂ ਗੱਲ ਚੱਲੀ ਤਾਂ ਯਾਦ ਆ ਗਿਆ। ਭੈਣ ਹਰਦੀਪ ਜਦੋਂ ਹੋਈ ਸੀ ਤਾਂ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਸ ਦੀ ਮਾਂ ਦੇ ਹੋਰ ਜਵਾਕ ਨਹੀਂ ਹੋ ਸਕਦਾ। ਭੈਣ ਹਰਦੀਪ ਦਾ ਪਿਓ ਪਹਿਲਾਂ ਹੀ ਕੁੜੀ ਹੋਣ ਕਰਕੇ ਦੁਖੀ ਸੀ, ਉੱਤੋਂ ਡਾਕਟਰਾਂ ਦੀ ਗੱਲ ਸੁਣ ਕੇ ਘਬਰਾ ਗਿਆ ਸੀ। ਉਸ ਨੂੰ ਤਾਂ ਪੁੱਤ ਚਾਹੀਦਾ ਸੀ, ਆਪਣੇ ਹਿੱਸੇ ਆਉਂਦੀ ਜ਼ਮੀਨ ਜਾਇਦਾਦ ਦਾ ਵਾਰਿਸ। ਉਸਨੇ ਤਾਂ ਕਹਿੰਦੇ ਹਰਦੀਪ ਗੋਦੀ ਵੀ ਨਹੀਂ ਸੀ ਚੁੱਕੀ। ਫਿਰ ਹਰਦੀਪ ਦਾ ਪਿਓ ਹਰਦੀਪ ਦੀ ਮਾਂ ਨਾਲ ਲੜਾਈਆਂ ਕਰਨ ਲੱਗ ਪਿਆ। ਮਾਰ ਕੁਟਾਈ ਤਾਂ ਰੋਜ਼ ਦਾ ਕੰਮ ਹੋ ਗਿਆ ਸੀ। ਹਰਦੀਪ ਦਾ ਪਿਓ ਹੋਰ ਵਿਆਹ ਕਰਾਉਣਾ ਚਾਹੁੰਦਾ ਸੀ। ਆਖਰ ਹਰਦੀਪ ਦੀ ਮਾਂ ਨੇ ਤੰਗ ਆ ਕੇ ਹਾਂ ਕਰ ਦਿੱਤੀ। ਹਰਦੀਪ ਦੇ ਪਿਓ ਨੇ ਹੋਰ ਵਿਆਹ ਕਰਵਾ ਤਾਂ ਲਿਆ। ਉਸਨੇ ਦੋਵੇਂ ਤੀਵੀਆਂ ਇੱਕੋ ਘਰ ਵਿੱਚ ਰੱਖ ਲਈਆਂ। ਕੁਝ ਦਿਨਾਂ ਬਾਅਦ ਹੀ ਉਸ ਨਵੀਂ ਆਈ ਨੇ ਹਰਦੀਪ ਤੇ ਉਸਦੀ ਮਾਂ ਨਾਲ ਕਲੇਸ਼ ਰੱਖਣਾ ਸ਼ੁਰੂ ਕਰ ਦਿੱਤਾ। ਨਰਕ ਬਣਾ ਦਿੱਤੀ ਸੀ ਉਸਨੇ ਹਰਦੀਪ ਤੇ ਉਸਦੀ ਮਾਂ ਦੀ ਜ਼ਿੰਦਗੀ ਨੂੰ। ਹਰਦੀਪ ਨੇ ਕਈ ਵਾਰ ਆਪਣੇ ਪਿਓ ਨੂੰ ਦੱਸਣਾ ਚਾਹਿਆ ਕਿ ਉਹ ਕਿਸ ਦੌਰ ਵਿੱਚੋਂ ਗੁਜ਼ਰ ਰਹੀਆਂ ਨੇ, ਪਰ ਉਸਨੇ ਇੱਕ ਨਾ ਸੁਣੀ। ਅਖੀਰ ਹਰਦੀਪ ਦੀ ਮਾਂ ਬਿਮਾਰ ਰਹਿਣ ਲੱਗ ਪਈ। ਉਸਦਾ ਤਾਂ ਇਲਾਜ ਵੀ ਨਾ ਕਰਵਾਇਆ ਕਿਸੇ ਚੱਜ ਦੇ ਡਾਕਟਰ ਕੋਲੋਂ। ਆਖਰ ਇੱਕ ਦਿਨ ਉਹ ਪੂਰੀ ਹੋ ਗਈ। ਹਰਦੀਪ ਕਹਿੰਦੇ ਉਸ ਤੋਂ ਬਾਅਦ ਘਰ ਵਿੱਚ ਕਿਸੇ ਨਾਲ ਨਹੀਂ ਸੀ ਬੋਲਦੀ, ਡਰੀ ਡਰੀ ਹਰ ਕਿਸੇ ਤੋਂ ਨਫ਼ਰਤ ਕਰਨ ਲੱਗ ਪਈ ਸੀ। ਇਹ ਜਿਸ ਨੂੰ ਹਰਦੀਪ ਦੀ ਮਾਂ ਦੱਸਦੇ ਨੇ ਅਸਲ ਵਿੱਚ ਉਹ ਉਸ ਦੀ ਮਤਰੇਈ ਮਾਂ ਹੈ। ਹਰਦੀਪ ਨਾ ਜਿਹੜੇ ਹਾਲਾਤਾਂ ਵਿੱਚ ਪਲੀ ਹੈ, ਅੱਲਾ ਤੌਬਾ, ਮਾਫ ਕਰਨਾ, ਉਸਦਾ ਕੋਈ ਕਸੂਰ ਨਹੀਂ ਹੈ। ਉਸਨੇ ਜ਼ਿੰਦਗੀ ਵਿੱਚ ਜੋ ਦੇਖਿਆ ਉਹੀ ਹੰਢਾ ਰਹੀ ਹੈ। ਧੰਨ ਕੌਰ ਦੀਆਂ ਅੱਖਾਂ ਭਰ ਆਈਆਂ ਰਫੀ ਦੀ ਗੱਲ ਸੁਣ ਕੇ। ਉਸਨੇ ਸ਼ਮਸ਼ੇਰ ਨੂੰ ਕਿਹਾ, ਜਾ ਕੇ ਹਰਦੀਪ ਨੂੰ ਹੁਣੇ ਘਰ ਲੈ ਕੇ ਆ। ਉਹ ਜਿੱਥੇ ਤੂੰ ਤੋਰ ਆਇਆ ਉੱਥੇ ਕਿਹੜਾ ਕੋਈ ਉਸਦਾ ਆਪਣਾ ਹੈ। ਜਾ ਕੇ ਹੁਣੇ ਲੈ ਕੇ ਆ ਹਰਦੀਪ ਨੂੰ, ਉਸ ਨੂੰ ਕਹੀ ਮੈਂ ਉਸ ਨੂੰ ਮਾਫ ਕਰ ਦਿੱਤਾ। ਸ਼ਮਸ਼ੇਰ ਚਲੇ ਗਿਆ ਹਰਦੀਪ ਨੂੰ ਲੈਣ। ਵੀਰ ਵੀ ਮੁੜ ਗਏ ਤਾਂ ਧੰਨ ਕੌਰ ਬੈਠੀ ਸੋਚ ਰਹੀ ਸੀ, ਬਾਪੂ ਜੀ ਠੀਕ ਕਹਿੰਦੇ ਸੀ, ਧੀਏ ਜੇ ਸ਼ਮਸ਼ੇਰ ਨਾਲ ਨਹੀਂ ਤਾਂ ਕਿਤੇ ਹੋਰ ਵਿਆਹ ਦਿੰਦੇ ਹਾਂ ਪੁੱਤ ਤੈਨੂੰ। ਇਕੱਲਿਆਂ ਔਰਤ ਨੂੰ ਇਸ ਮਰਦ ਪ੍ਰਧਾਨ ਸਮਾਜ ਵਿੱਚ ਜ਼ਿੰਦਗੀ ਕੱਟਣੀ ਬਹੁਤ ਔਖੀ ਹੈ, ਪਰ ਉਸ ਨੂੰ ਲੱਗ ਰਿਹਾ ਸੀ ਔਰਤ ਨੂੰ ਮਰਦਾਂ ਨਾਲੋਂ ਵੀ ਵੱਧ ਖਤਰਾ ਔਰਤਾਂ ਕੋਲੋਂ ਹੈ। ਉੱਥੇ ਮਰਦਾਂ ਨੇ ਤਾਂ ਮਨ ਮਾਣੀ ਕਰਨੀ ਹੀ ਹੈ, ਜਿੱਥੇ ਜਿਸ ਸਮਾਜ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਹੋਵੇ। ਇਸੇ ਤਰ੍ਹਾਂ ਧੰਨ ਕੌਰ ਦੀ ਜ਼ਿੰਦਗੀ ਬੇਰੰਗ ਲੰਘ ਰਹੀ ਸੀ।
ਜੇ ਕੋਈ ਆਸ ਦੀ ਕਿਰਨ ਸੀ ਤਾਂ ਉਹ ਸੀ ਸੱਸ। 4 ਕੁ ਸਾਲ ਪਹਿਲਾਂ ਹੀ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਸੱਸ ਵੀ ਅਲਵਿਦਾ ਕਹਿ ਗਈ ਸੀ। ਉਸ ਦੀ ਮੌਤ ਤੋਂ ਬਾਅਦ ਧੰਨ ਕੌਰ ਬਹੁਤ ਹੀ ਇਕੱਲੀ ਰਹਿ ਗਈ ਸੀ। ਸੱਸ ਨਾਲ ਤਾਂ ਉਹ ਆਪਣੇ ਮਨ ਦੀਆਂ ਕਰ ਲੈਂਦੀ ਸੀ, ਪਰ ਉਸ ਦੇ ਜਾਣ ਤੋਂ ਬਾਅਦ ਉਹ ਸਾਰਾ ਦਿਨ ਇਕੱਲੀ ਆਪਣੇ ਆਪ ਨਾਲ ਹੀ ਕੋਈ ਨਾ ਕੋਈ ਗੱਲ ਛੇੜੀ ਰੱਖਦੀ ਸੀ। ਸੱਸ ਹੀ ਸਾਂਝੀ ਕੜੀ ਸੀ। ਅਜਮੇਰ ਤੇ ਸ਼ਮਸ਼ੇਰ ਦੇ ਪਰਿਵਾਰਾਂ ਵਿੱਚ ਉਸ ਦੇ ਤੁਰ ਜਾਣ ਤੋਂ ਬਾਅਦ ਸਾਂਝਾ ਕੁਝ ਵੀ ਨਹੀਂ ਰਹਿ ਗਿਆ ਸੀ, ਬਸ ਵਿਹੜੇ ਵਿੱਚ ਹੋਈ ਸਾਂਝੀ ਦੀਵਾਰ ਨੂੰ ਛੱਡ ਕੇ। ਹੁਣ ਤਾਂ ਸ਼ਮਸ਼ੇਰ ਵੀ ਕਿਤੇ 1-2 ਮਹੀਨੇ ਬਾਅਦ ਆਉਂਦਾ ਸੀ। ਧੰਨ ਕੌਰ ਦਾ ਭਾਵੇਂ ਕੋਈ ਸਕਾ ਭਰਾ ਨਹੀਂ ਸੀ, ਪਰ ਸ਼ਰੀਕੇ ਵਿੱਚੋਂ ਵੀਰਾਂ ਨੇ ਹੁਣ ਤੱਕ ਬਹੁਤ ਖਿਆਲ ਰੱਖਿਆ ਸੀ ਉਸ ਦਾ। ਕੁਝ ਕੁ ਸਾਲਾਂ ਤੋਂ ਉਹ ਵੀ ਘੱਟ ਗਏ ਸੀ ਆਉਣਾ ਜਾਣਾ। ਮੁਹੰਮਦ ਰਫੀ ਵੀਰ ਤੇ ਤਾਏ ਦੇ ਮੁੰਡੇ ਨੇ ਅੱਜ ਵੀ ਪਿਆਰ ਬਣਾਇਆ ਹੋਇਆ ਹੈ। ਅੱਜ ਧੰਨ ਕੌਰ ਦਾ ਜਸ 15 ਸਾਲ ਦਾ ਹੋ ਗਿਆ ਹੈ। ਮਨ ਹੀ ਮਨ ਸੋਚਦੀ ਹੈ ਕਿ ਮੈਂ ਨਾ ਜਸ ਨੂੰ ਜਲਦੀ ਵਿਆਹ ਲੈਣਾ ਹੈ, ਫੇਰ ਨਾ ਘਰ ਵਿੱਚ ਰੌਣਕ ਹੋ ਜਾਊਗੀ। ਸ਼ਮਸ਼ੇਰ ਦਾ ਵੱਡਾ ਪੁੱਤ 10 ਸਾਲਾਂ ਦਾ ਹੋ ਗਿਆ ਹੈ ਤੇ ਛੋਟਾ 7 ਸਾਲ ਦਾ। ਸ਼ਮਸ਼ੇਰ ਦੇ ਘਰ ਕੁਝ ਸਮੇਂ ਤੋਂ ਉਸਦਾ ਸਾਲਾ ਨਿਰੰਜਣ ਵੀ ਰਹਿੰਦਾ ਹੈ। ਉਹ ਗੋਂਦਲ ਕਾਲਜ ਵਿੱਚ ਪੜ੍ਹਦਾ ਹੈ। ਪਿਛਲੇ ਕੁਝ ਸਮੇਂ ਤੋਂ ਜਸ ਨਸ਼ਾ ਕਰਨ ਲੱਗ ਪਿਆ ਹੈ। ਹੁਣ ਇਹ ਨਵਾਂ ਗ੍ਰਹਿਣ ਲੱਗਣ ਵਾਲਾ ਸੀ ਧੰਨ ਕੌਰ ਦੀ ਜ਼ਿੰਦਗੀ ਵਿੱਚ। ਧੰਨ ਕੌਰ ਸ਼ਾਇਦ ਕੋਈ ਸਮਾਨ ਲੈਣ ਗਈ ਸੀ ਤਾਂ ਬਾਹਰ ਬੈਠੇ ਪਿੰਡ ਦੇ ਬਜ਼ੁਰਗਾਂ ਨੇ ਉਸ ਨੂੰ ਇਸ਼ਾਰੇ ਇਸ਼ਾਰੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਧੀਏ, ਤੁਹਾਡੇ ਪਰਿਵਾਰ ਨਾਲ ਸਾਡਾ ਸਭ ਦਾ ਬਹੁਤ ਪਿਆਰ ਹੈ। ਅਸੀਂ ਸਾਰੇ ਤੁਹਾਡੀ ਮਾਂ ਪੁੱਤ ਦੀ ਦਾਤੇ ਕੋਲੋਂ ਹਮੇਸ਼ਾ ਸੁੱਖ ਮੰਗਦੇ ਹਾਂ। ਜਦੋਂ ਨਾ ਧੀਏ ਪੁੱਤ ਜਵਾਨ ਹੋ ਜਾਂਦਾ ਤਾਂ ਉਸ ਦਾ ਬਹੁਤ ਖਿਆਲ ਰੱਖੀਦਾ। ਧੀਏ, ਸਮਾਂ ਬਹੁਤ ਮਾੜਾ ਆ ਗਿਆ, ਤੂੰ ਵੀ ਜਸ ਨੂੰ ਟੋਕਦੀ ਰਹਿ ਕਰ। ਧੀਏ, ਧੰਨ ਕੌਰ ਨੂੰ ਸਮਝ ਨਹੀਂ ਸੀ ਆਈ ਉਹ ਕੀ ਕਹਿਣਾ ਚਾਹੁੰਦੇ ਹਨ। ਉਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਸ ਦੇ ਜਸ ਵਿੱਚ ਕੋਈ ਭੈੜ ਹੈ, ਪਰ ਇਹ ਜਸ ਨਸ਼ਾ ਕਿਵੇਂ ਕਰਨ ਲੱਗ ਪਿਆ, ਇਸ ਪਿੱਛੇ ਕੀ ਕਾਰਨ ਸੀ। ਇੱਕ ਦਿਨ ਹਰਦੀਪ ਤੇ ਉਸਦਾ ਭਰਾ ਬੈਠੇ ਗੱਲਾਂ ਕਰ ਰਹੇ ਸੀ। ਗੱਲਾਂ ਗੱਲਾਂ ਵਿੱਚ ਉਹਨਾਂ ਕੋਲ ਜਾਇਦਾਦ ਦੀ ਗੱਲ ਚੱਲ ਪਈ। ਹਰਦੀਪ ਨੇ ਆਪਣੇ ਵੀਰ ਨੂੰ ਦੱਸਿਆ ਕਿ ਮੇਰੇ ਸਹੁਰਿਆਂ ਕੋਲ 60 ਕਿੱਲੇ ਜ਼ਮੀਨ ਸੀ, ਜਦੋਂ ਵੰਡੇ ਤਾਂ 30-30 ਆਏ। ਲੈ ਭੈਣ, ਜਸ ਨੂੰ ਇਕੱਲੇ ਨੂੰ 30 ਕਿੱਲੇ ਤੇ ਤੇਰੇ ਪੁੱਤਾਂ ਕੋਲ 15-15, ਇਹ ਤਾਂ ਬਹੁਤ ਫਰਕ ਪੈ ਗਿਆ, ਨਿਰੰਜਣ ਗੱਲ ਨੂੰ ਤੂਲ ਦਿੰਦਾ ਬੋਲਿਆ। ਕਾਨੂੰ ਵੀਰੇ, ਜਸ ਨੂੰ ਤਾਂ ਨਾਨਕਿਆਂ ਦੇ ਵੀ 25 ਕਿੱਲੇ ਆਉਂਦੇ ਨੇ, ਉਸ ਦੇ ਨਾਨੇ ਦੀ ਹਵੇਲੀ ਵੀ ਉਸੇ ਦੇ ਹਿੱਸੇ ਆਉਂਦੀ ਹੈ। ਇਹਨਾਂ ਦੇ ਨਾਨਕਿਆਂ ਦੀ ਜ਼ਮੀਨ ਤਾਂ ਹੈ ਵੀ GT ਰੋਡ ਤੇ, ਉਹ ਤਾਂ ਦੱਸਦੇ ਬਹੁਤ ਕੀਮਤੀ ਹੈ। ਹਰਦੀਪ ਅੰਦਰ ਤਾਂ ਸਾੜਾ ਜ਼ਾਹਿਰ ਕਰਦੀ ਬੋਲੀ। ਲੈ ਭੈਣ, ਮੈਂ ਲਾਉਂਦਾ ਇਹਨਾਂ ਦਾ ਹਿਸਾਬ, ਨਿਰੰਜਣ ਬੋਲਿਆ। ਨਾ ਵੀਰ, ਕੋਈ ਪੁੱਠਾ ਕੰਮ ਨਾ ਕਰ ਦੇਈ, ਆਪਾਂ ਉਸੇ ਵਿੱਚ ਸਾਰ ਲਵਾਂਗੇ ਜੋ ਰੱਬ ਨੇ ਦਿੱਤਾ, ਹਰਦੀਪ ਬੋਲੀ। ਤੂੰ ਭੈਣ ਕਾਸੇ ਦਾ ਫਿਕਰ ਨਾ ਕਰ, ਤੇਰੇ ਤੇ ਨਹੀਂ ਆਉਣ ਦਿੰਦਾ ਮੈਂ ਕੋਈ ਇਲਜ਼ਾਮ, ਮੈਂ ਆਪੇ ਕਰੂੰ ਬੰਦੋਬਸਤ, ਨਿਰੰਜਣ ਹੱਸਦਾ ਹੋਇਆ ਬੋਲਿਆ। ਫਿਰ ਉਸਨੇ ਜਸ ਨਾਲ ਦੋਸਤੀ ਵਧਾ ਲਈ ਤੇ ਕਾਲਜ ਵਿੱਚ ਨਾਲ ਦੇ ਸਾਥੀਆਂ ਨੂੰ ਕਹਿ ਕੇ ਉਸ ਨੂੰ ਅਫੀਮ ਖਾਣ ਲਗਾ ਦਿੱਤਾ। ਹੁਣ ਜਸ 15 ਸਾਲਾਂ ਦਾ ਹੀ ਅਫੀਮ ਖਾਣ ਲੱਗ ਪਿਆ ਸੀ। ਇਹ ਕਿਹੜੇ ਰਾਹ ਤੋਰ ਦਿੱਤਾ ਸੀ ਜਸ ਨੂੰ। ਅਫੀਮ ਦਾ ਸਾਰਾ ਖਰਚਾ ਸ਼ਮਸ਼ੇਰ ਤੋਂ ਚੋਰੀ ਹਰਦੀਪ ਕਰ ਰਹੀ ਸੀ।
ਭੈਣ ਜੇ ਕਿਸੇ ਘਰ ਨੂੰ ਖਤਮ ਕਰਨਾ ਹੋਵੇ ਤਾਂ ਉਸ ਦੇ ਪੁੱਤ ਨੂੰ ਨਸ਼ੇ ਤੇ ਲਾ ਦੇਵੋ, ਆਪੇ ਮੁੱਕ ਜਾਂਦਾ ਫੇਰ ਉਹ ਘਰ। ਲੈ ਭੈਣ, ਜੱਸ ਦੇ ਨਾਨਕਿਆਂ ਵਾਲੀ ਜਾਇਦਾਦ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਪਰ ਤੇਰੇ ਸਹੁਰਿਆਂ ਦੀ ਸਾਰੀ ਜ਼ਮੀਨ ਮੇਰੇ ਭਾਂਜੇ ਸਾਂਭਣਗੇ। ਐਸਾ ਜਾਗ ਲਾਇਆ ਜੱਸ ਨੂੰ, ਹੁਣ ਤਾਂ ਮਾਰ ਕੇ ਹੀ ਖਹਿੜਾ ਛੁੱਟੂ। ਲਿਆ ਭੈਣ, ਹੋਰ ਪੈਸੇ ਦੇ ਦੇ। ਨਿਰੰਜਨ ਜੱਸ ਦੀ ਆੜ ਵਿੱਚ ਭੈਣ ਤੋਂ ਖੂਬ ਪੈਸੇ ਬਟੋਰ ਰਿਹਾ ਸੀ। ਦੇਖੀ ਕਿਤੇ ਸ਼ਮਸ਼ੇਰ ਨੂੰ ਪਤਾ ਨਾ ਲੱਗ ਜਾਵੇ, ਬਹੁਤ ਭੈੜਾ ਵਾ। ਹਰਦੀਪ ਪੈਸੇ ਫੜਾਉਂਦੀ ਬੋਲੀ, ਧੰਨ ਕੌਰ ਦੀਆਂ ਸਭ ਚੰਗੀਆਂ ਆਈਆਂ। ਪੈਸੇ ਦੀ ਚਕਾਚੌਂਦ ਮੋਹਰੇ ਫਿੱਕੀਆਂ ਪੈ ਗਈਆਂ ਸਨ। ਹਰਦੀਪ ਲਾਲਚ ਵਿੱਚ ਆ ਕੇ ਧੰਨ ਕੌਰ ਦੇ ਸਾਰੇ ਅਹਿਸਾਨ ਭੁੱਲ ਗਈ ਸੀ। ਉਹ ਤਾਂ ਹੋਰ ਵੀ ਸੁਪਨੇ ਦੇਖ ਰਹੀ ਸੀ, ਫੇਰ ਉਹੀ ਆਪਣੇ ਬਾਪ ਵਾਲੀ ਕਹਾਣੀ ਆਪ ਦੁਹਰਾ ਰਹੀ ਸੀ। ਬਸ ਕਹਾਣੀ ਦੇ ਪਾਤਰ ਬਦਲੇ ਸਨ, ਕਿਤੇ ਨਾ ਕਿਤੇ ਖੂਨ ਦਾ ਹੀ ਫਰਕ ਸੀ। ਜੱਸ ਦੀ ਇਸ ਨਵੀਂ ਬਿਮਾਰੀ ਨੂੰ ਸਮਝਣ ਵਾਲਾ ਵੀ ਕੋਈ ਨਹੀਂ ਸੀ। ਨਜਾਇਜ਼ ਫਾਇਦਾ ਚੁੱਕ ਗਿਆ ਸੀ ਨਿਰੰਜਨ ਧੰਨ ਕੌਰ ਦੀ ਸ਼ਰਾਫਤ ਦਾ। ਜੱਸ ਨਸ਼ੇ ਕਰਨ ਲੱਗ ਪਿਆ, ਪਿੰਡ ਵਿੱਚ ਵੀ ਇਹ ਗੱਲ ਸਭ ਨੂੰ ਪਤਾ ਲੱਗੀ ਜਾ ਰਹੀ ਸੀ। ਸ਼ਮਸ਼ੇਰ ਤੱਕ ਕੋਈ ਡਰਦਾ ਗੱਲ ਨਹੀਂ ਪਹੁੰਚਾ ਰਿਹਾ ਸੀ। ਸ਼ਮਸ਼ੇਰ ਦੀ ਖਾਮੋਸ਼ੀ ਕਿਤੇ ਤੂਫਾਨ ਦੇ ਆਉਣ ਤੋਂ ਪਹਿਲਾਂ ਚੁੱਪ ਵਾਂਗ ਲੱਗ ਰਹੀ ਸੀ। ਪਿੰਡ ਵਿੱਚ ਕਈ ਤਮਾਸ਼ਾ ਦੇਖਣ ਵਾਲੇ ਵੀ ਹੁੰਦੇ ਨੇ, ਕਈ ਦੱਸਣ ਨੂੰ ਫਿਰਦੇ ਸੀ ਸ਼ਮਸ਼ੇਰ ਨੂੰ ਉਸ ਦੇ ਸਾਲੇ ਦੀ ਕਰਤੂਤ। ਮੁਹੰਮਦ ਰਫੀ ਵੀਰ ਅੱਜ ਦਰਗਾਹ ਗਿਆ ਹੈ ਜੁੰਮੇ ਦੀ ਨਮਾਜ਼ ਅਦਾ ਕਰਨ। ਉੱਥੇ ਬੈਠੇ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਭੈਣ ਧੰਨ ਕੌਰ ਨੇ ਆਵਾਜ਼ ਮਾਰੀ ਹੋਵੇ। ਘਰ ਜਾ ਕੇ ਉਸਨੇ ਆਪਣੀ ਭੈਣ ਨੂੰ ਨੂਰਾ ਨੂੰ ਕਿਹਾ, ਨੂਰਾ ਭੈਣ, ਅੱਜ ਨਾ ਮੈਂ ਵੱਡੀ ਭੈਣ ਧੰਨ ਕੌਰ ਕੋਲ ਬੌਂਦਲ ਜਾਵਾਂਗਾ, ਕੁਝ ਸੁੱਕੇ ਮੇਵੇ ਤੇ ਹੋਰ ਸਮਾਨ ਪਾ ਦੇ ਜੱਸ ਲਈ। ਧੰਨ ਕੌਰ ਨੇ ਰਫੀ ਵੀਰ ਤੁਰਿਆ ਆਉਂਦਾ ਦੇਖ ਸਿਰ ਤੇ ਚੁੰਨੀ ਠੀਕ ਕਰਦੀ ਨੇ ਕਿਹਾ, ਮੈਂ ਸਦਕੇ ਜਾਵਾਂ, ਆ ਤਾਂ ਵੀਰ ਤੁਰਿਆ ਆਉਂਦਾ। ਅਸਲਾਮੇਕਮ, ਸਤਿ ਸ਼੍ਰੀ ਅਕਾਲ ਭੈਣ, ਰਫੀ ਨੇ ਕੋਲ ਆ ਕੇ ਭੈਣ ਨੂੰ ਝੋਲਾ ਤੇ ਲੱਡੂ ਫੜਾਉਂਦਿਆਂ ਨੇ ਕਿਹਾ, ਭੈਣ ਇਸ ਲੱਡੂ ਵਿੱਚ ਗੋਸ਼ਤ ਹੈ, ਨੂਰਾ ਨੇ ਜੱਸ ਲਈ ਬਣਾ ਕੇ ਭੇਜਿਆ ਹੈ। ਵਾਲੇਕਮ ਸਲਾਮ ਵੀਰ, ਸਮਾਨ ਫੜਦੀ ਧੰਨ ਕੌਰ ਨੇ ਸਲਾਮ ਦਾ ਜਵਾਬ ਦਿੱਤਾ। ਵੀਰ ਨੂੰ ਜੱਫੀ ਪਾਈ ਤਾਂ ਧੰਨ ਕੌਰ ਦੇ ਕਲੇਜੇ ਠੰਡ ਪੈ ਗਈ, ਕੁਝ ਅੱਥਰੂ ਅੱਖ ਵਿੱਚ ਆਏ ਤੇ ਸਾਰੀ ਦਰਦ ਕਹਾਣੀ ਸੁਣਾ ਗਏ। ਰਫੀ ਦੀ ਵੀ ਭੈਣ ਨੂੰ ਮਿਲ ਕੇ ਅੱਖ ਭਰ ਆਈ। ਮਨ ਹੀ ਮਨ ਸੋਚ ਰਿਹਾ ਸੀ, ਯਾ ਖੁਦਾ, ਸਾਡੀਆਂ ਦੁਆਵਾਂ ਵਿੱਚ ਕਿੱਥੇ ਫਰਕ ਰਹਿ ਗਿਆ। ਰਫੀ ਆਪਣੇ ਆਪ ਨੂੰ ਸੰਭਾਲਦਿਆਂ ਬੋਲਿਆ, ਭੈਣ ਜੱਸ ਕਿੱਥੇ ਹੈ? ਸੁੱਤਾ ਪਿਆ ਹੈ, ਜਦੋਂ ਦਾ ਸਕੂਲ ਤੋਂ ਆਇਆ ਪਿਆ ਹੈ। ਧੰਨ ਕੌਰ ਜੱਸ ਦੇ ਮੂੰਹ ਤੋਂ ਖੇਸੀ ਪਰਾਂ ਕਰਦੀ ਬੋਲੀ, ਬਹੁਤ ਹੈਰਾਨ ਹੈ ਰਫੀ। ਅੱਗੇ ਤਾਂ ਉਹ ਜਦੋਂ ਵੀ ਆਉਂਦਾ ਸੀ ਤਾਂ ਜੱਸ ਬਹੁਤ ਚਾਅ ਕਰਿਆ ਕਰਦਾ ਸੀ, ਭੱਜ ਕੇ ਉਸ ਕੋਲ ਆ ਜਾਂਦਾ ਸੀ, ਤੇ ਅੱਜ ਉਸਦੀ ਆਵਾਜ਼ ਸੁਣ ਕੇ ਵੀ ਨਹੀਂ ਉੱਠਿਆ ਸੀ। ਧੰਨ ਕੌਰ ਜੱਸ ਨੂੰ ਹੜੂਣਾ ਦੇ ਕੇ ਬੋਲੀ, ਜੱਸ ਪੁੱਤ ਉੱਠ, ਦੇਖ ਤੇਰਾ ਰਫੀ ਮਾਮਾ ਆਇਆ। ਰਫੀ ਅੱਗੇ ਹੋ ਕੇ ਬੋਲਿਆ, ਜੱਸ ਬਰਖੁਦਾਰ ਨਾਰਾਜ਼ ਲੱਗਦਾ, ਸ਼ਾਮ ਨੂੰ ਨਹੀਂ ਸੋਈਦਾ, ਜੱਸ ਸ਼ਫਾ ਨਹੀਂ ਆਉਂਦੀ। ਚੱਲ ਉੱਠ ਪੁੱਤ, ਸਰਦੀਆਂ ਦੇ ਦਿਨ ਤਾਂ ਵੈਸੇ ਵੀ ਛੋਟੇ ਹੁੰਦੇ ਨੇ, ਫਿਰ ਰਾਤ ਨੂੰ ਕਿਵੇਂ ਸੋਵੇਂਗਾ। ਜੱਸ ਨਸ਼ੇ ਵਿੱਚ ਹੈ, ਬਹੁਤ ਮੁਸ਼ਕਲ ਨਾਲ ਉੱਠਿਆ, ਮਾਮੂ ਨੂੰ ਸਲਾਮ ਬੁਲਾ ਕੇ ਮੂੰਹ ਧੋਣ ਗਿਆ ਤਾਂ ਰਫੀ ਉਸਦੀ ਸਿਹਤ ਘਟੀ ਦੇਖ ਕੇ ਹੈਰਾਨ ਰਹਿ ਗਿਆ। ਜੱਸ ਤੁਰਦਾ ਹੋਇਆ ਲੜਖੜਾ ਰਿਹਾ ਸੀ, ਸ਼ੱਕ ਹੋ ਗਿਆ ਸੀ ਰਫੀ ਨੂੰ ਕਿ ਜ਼ਰੂਰ ਕੋਈ ਗੜਬੜ ਹੈ। ਉਹ ਕੁਝ ਦੇਰ ਧੰਨ ਕੌਰ ਕੋਲ ਬੈਠਿਆ ਤੇ ਜੱਸ ਨੂੰ ਹੀ ਵੇਖਦਾ ਰਿਹਾ, ਸਮਝ ਗਿਆ ਸੀ ਕਿ ਜੱਸ ਕੁਰਾਹੇ ਪੈ ਗਿਆ। ਚੰਗਾ ਭੈਣ, ਹੁਣ ਮੈਨੂੰ ਜਾਣ ਦੀ ਇਜਾਜ਼ਤ ਦੇ, ਰਫੀ ਉੱਠਦਾ ਹੋਇਆ ਬੋਲਿਆ। ਰਾਤ ਰਹਿ ਜਾਂਦਾ ਵੀਰ, ਸਵਖਤੇ ਮੁੜ ਜਾਂਦਾ, ਧੰਨ ਕੌਰ ਬੋਲੀ। ਨਹੀਂ ਭੈਣ, ਫੇਰ ਸਹੀ,
ਖੁਦਾ ਹਾਫਿਜ਼, ਚੱਲ ਜਸ ਪੁੱਤ, ਸ਼ੱਬਾ ਖੈਰ, ਰੱਬ ਰਾਖਾ ਪੁੱਤ। ਵਾਪਸ ਤੁਰ ਪਿਆ ਹੈ ਰਫੀ, ਸੋਚਦਾ ਜਾ ਰਿਹਾ ਤੇ ਰੱਬ ਨਾਲ ਸ਼ਿਕਵਾ ਕਰ ਰਿਹਾ, ਯਾ ਖੁਦਾ ਰਹਿਮ ਕਰ, ਹੁਣ ਇਹ ਹੋਰ ਕਿਹੜਾ ਇਮਤਿਹਾਨ ਸ਼ੁਰੂ ਕਰ ਦਿੱਤਾ ਉਸ ਭਾਗਣ ਦਾ। ਮੁਹੰਮਦ ਰਫੀ ਸਿੱਧੇ ਧੰਨ ਕੌਰ ਦੇ ਤਾਏ ਦੇ ਵੱਡੇ ਮੁੰਡੇ ਕੋਲ ਗਿਆ ਤੇ ਉਸ ਨੂੰ ਸਾਰੀ ਗੱਲ ਦੱਸੀ। ਉਹ ਦੋਵਾਂ ਨੇ ਕਈ ਦਿਨ ਜਸ ਦੀ ਪੈੜ ਨੱਪੀ, ਸਭ ਸਮਝ ਆ ਗਿਆ ਸੀ ਉਹਨਾਂ ਨੂੰ। ਉਹ ਬਹੁਤ ਹੈਰਾਨ ਸਨ ਕਿ ਤਾਰ ਜਾ ਕੇ ਫੇਰ ਗੌਸਲਾ ਹੀ ਜੁੜੀ। ਉਹ ਮੁੰਡੇ ਜੋ ਉਸ ਨੂੰ ਨਸ਼ਾ ਫੜਾ ਕੇ ਜਾਂਦੇ ਸੀ, ਉਹ ਗੌਸਲਾ ਦੇ ਸੀ ਤੇ ਸ਼ਮਸ਼ੇਰ ਦੇ ਸਾਲੇ ਦੇ ਦੋਸਤ ਸਨ। ਸਭ ਤੋਂ ਵੱਧ ਹੈਰਾਨੀ ਤਾਂ ਤਦ ਹੋਈ ਜਦੋਂ ਨਿਰੰਜਨ ਨੂੰ ਉਹਨਾਂ ਨੂੰ ਪੈਸੇ ਦਿੰਦੇ ਦੇਖਿਆ। ਹੁਣ ਉਹ ਸ਼ਮਸ਼ੇਰ ਨਾਲ ਸਾਰੀ ਗੱਲ ਕਰਨ ਵਾਲੇ ਸੀ। ਕਈ ਸਾਲ ਲੰਘ ਗਏ ਸਨ, ਘਰ ਵਿੱਚ ਕੋਈ ਕਲੇਸ਼ ਨਹੀਂ ਸੀ ਹੋਇਆ, ਪਰ ਹੁਣ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਤੂਫਾਨ ਆਉਣ ਵਾਲਾ। ਉਧਰ ਸ਼ਮਸ਼ੇਰ ਇਸ ਪੂਰੀ ਗੱਲ ਤੋਂ ਬੇਖਬਰ ਖੇਤਾਂ ਵਿੱਚ ਬਰਸੀਮ ਵੰਡ ਰਿਹਾ ਹੈ। ਭਾਰ ਬੰਨਣ ਲੱਗਿਆ ਤਾਂ ਉਸਦੇ ਬਚਪਨ ਦੇ ਦੋਸਤ ਸ਼ੀਤਲ ਨੇ ਆ ਕੇ ਪੱਲੀ ਲੜ ਫੜ ਲਿਆ ਤੇ ਪੰਡ ਬਣਵਾਈ ਹੈ। ਦੋਵਾਂ ਨੇ ਮਿਲ ਕੇ ਭਾਰ ਟਰੈਕਟਰ ਦੇ ਪਿੱਛੇ ਪਿੱਛੇ ਪਏ ਹਲਾਂ ਤੇ ਰੱਖੇ ਤੇ ਪਿੰਡ ਨੂੰ ਚੱਲ ਪਏ। ਰਾਹ ਵਿੱਚ ਸ਼ੀਤਲ ਬੋਲਿਆ, ਵੀਰ ਮੈਂ ਤੇਰੇ ਨਾਲ ਇੱਕ ਗੱਲ ਕਰਨ ਆਇਆ। ਹਾਂ ਦੱਸ ਸ਼ੀਤਲ, ਸ਼ਮਸ਼ੇਰ ਬੋਲਿਆ। ਤੂੰ ਨਾ ਟਰੈਕਟਰ ਰੋਕ ਪਹਿਲਾਂ, ਸ਼ੀਤਲ ਸ਼ਮਸ਼ੇਰ ਦੇ ਹੱਥ ਤੇ ਹੱਥ ਰੱਖਦਾ ਬੋਲਿਆ। ਸੁੱਖ, ਸ਼ਮਸ਼ੇਰ ਹੈਰਾਨੀ ਨਾਲ ਬੋਲਿਆ, ਸੁੱਖ ਹੀ ਤਾਂ ਹੈ ਨਹੀਂ, ਤੁਸੀਂ ਆਪਣੇ ਘਰ ਵਿੱਚ ਜਿਹੜਾ ਸਪੋਲੀਆ ਪਾਲ ਲਿਆ ਹੈ ਉਹ ਨਾ ਧੰਨ ਕੌਰ ਦੀ ਜ਼ਿੰਦਗੀ ਬਰਬਾਦ ਕਰਨ ਲੱਗਾ ਹੋਇਆ। ਉਸ ਨੇ ਤਾਂ ਜਸ ਨਸ਼ੇ ਤੇ ਲਾ ਦਿੱਤਾ। ਵੀਰ ਮੈਂ ਕਈ ਦਿਨਾਂ ਦਾ ਤੈਨੂੰ ਦੱਸਣ ਨੂੰ ਫਿਰਦਾ ਸੀ, ਆਪਾਂ ਸਾਰੇ ਇਕੱਠੇ ਹੀ ਵੱਡੇ ਹੋਏ ਹਾਂ। ਅਜਮੇਰ ਬਾਈ ਦੇ ਪਰਿਵਾਰ ਨੂੰ ਇਸ ਤਰ੍ਹਾਂ ਖਤਮ ਹੁੰਦਿਆ ਨਹੀਂ ਦੇਖ ਹੁੰਦਾ। ਬਚਾ ਲੈ ਵੀਰ, ਬਚਾ ਲੈ ਭਾਬੀ ਧੰਨ ਕੌਰ ਨੂੰ, ਜੇ ਜਸ ਨੂੰ ਕੁਝ ਹੋ ਗਿਆ। ਸ਼ੀਤਲ ਗੱਲ ਖਤਮ ਕਰਕੇ ਟਰੈਕਟਰ ਤੋਂ ਉਤਰ ਗਿਆ। ਸ਼ਮਸ਼ੇਰ ਦੇ ਸੱਤੀ ਕੱਪੜੀ ਅੱਗ ਲੱਗ ਗਈ, ਉਸ ਦੇ ਗੁੱਸੇ ਵਿੱਚ ਹੱਥ ਪੈਰ ਕੰਬ ਰਹੇ ਸੀ। ਉਹ ਘਰ ਗਿਆ ਤੇ ਆਪਣੇ ਵੱਡੇ ਮੁੰਡੇ ਨੂੰ ਨਾਲ ਲੈ ਕੇ ਖੇਤ ਵਾਪਸ ਆ ਗਿਆ। ਉਸ ਨੇ ਉਸ ਨੂੰ ਪੁੱਛਿਆ ਕਿ ਪੁੱਤ, ਘਰ ਵਿੱਚ ਤੇਰਾ ਨਿਰੰਜਨ ਮਾਮਾ ਤੇ ਤੇਰੀ ਮਾਂ ਕੀ ਗੱਲਾਂ ਕਰਦੇ ਨੇ? ਉਸ ਦੇ ਪੁੱਤ ਨੇ ਦੱਸਿਆ, ਨਿਰੰਜਨ ਮਾਮਾ ਨਾ ਅਕਸਰ ਮੰਮੀ ਤੋਂ ਪੈਸੇ ਮੰਗਦਾ ਹੁੰਦਾ, ਕਹਿੰਦਾ ਹੁੰਦਾ ਜਸ ਵੀਰੇ ਕੋਲ ਸਮਾਨ ਮੁੱਕ ਗਿਆ। ਖੂਨ ਉੱਤਰ ਆਇਆ ਸ਼ਮਸ਼ੇਰ ਦੀਆਂ ਅੱਖਾਂ ਵਿੱਚ, ਉਹ ਆਪੇ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਉਧਰ ਰਫੀ ਨੇ ਧੰਨ ਕੌਰ ਦੇ ਸਾਰੇ ਵੀਰਾਂ ਨਾਲ ਮਿਲ ਕੇ ਸਲਾਹ ਬਣਾਈ ਕਿ ਧੰਨ ਕੌਰ ਤੇ ਜਸ ਨੂੰ ਆਪਣੇ ਕੋਲ ਲੈ ਆਉਂਦੇ ਹਾਂ। ਉਹ ਤੁਰ ਪਏ ਨੇ ਸ਼ਮਸ਼ੇਰ ਨਾਲ ਗੱਲ ਕਰਨ ਨੂੰ। ਰਫੀ ਵੀਰ ਨੇ ਤਾਂ ਉਸ ਦਿਨ ਦੀ ਸਵਾਰ ਕੇ ਰੋਟੀ ਵੀ ਨਹੀਂ ਸੀ ਖਾਧੀ, ਬਹੁਤ ਫਿਕਰ ਕਰਦਾ ਹੈ ਉਹ ਆਪਣੀ ਭੈਣ ਧੰਨ ਕੌਰ ਤੇ ਜਸ ਦਾ। ਮੂੰਹ ਹਨੇਰਾ ਜਿਹਾ ਹੋਇਆ ਹੈ, ਆਲਣੇ ਵਾਲੀ ਚਿੜੀ ਦਿਨ ਭਰ ਉਡਾਰੀਆਂ ਲਾ ਪਰਤ ਆਈ ਹੈ, ਅੱਜ ਉਹ ਵੀ ਕੁਝ ਬੇਚੈਨ ਜਿਹੀ ਹੈ। ਕਹਿੰਦੇ ਹੁੰਦੇ ਨੇ ਪੰਛੀਆਂ ਨੂੰ ਆਉਣ ਵਾਲੇ ਤੂਫਾਨ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ। ਧੰਨ ਕੌਰ ਦੇ ਕੋਲ ਹੀ ਜਸ ਪਿਆ ਹੈ। ਉਧਰ ਰਫੀ ਹੋਰੀ ਪਹੁੰਚਣ ਵਾਲੇ ਨੇ ਬੌਂਦਲ। ਰਫੀ ਕਹਿ ਰਿਹਾ ਹੈ, ਲੋ ਬਈ ਅੱਤ ਔਰ ਖੁਦਾ ਦਾ ਤਾਂ ਸ਼ੁਰੂ ਤੋਂ ਹੀ ਵੈਰ ਹੈ। ਖੁਦਾ ਦੇ ਹੱਥ ਦੀ ਤੱਕੜੀ ਕਿਸੇ ਨੂੰ ਭਾਵੇਂ ਦਿਸਦੀ ਨਹੀਂ, ਪਰ ਉਹ ਤੋਲ ਵਿੱਚ ਭੋਰਾ ਫਰਕ ਨਹੀਂ ਪਾਉਂਦਾ। ਜਦੋਂ ਕਿਸੇ ਦੀਆਂ ਚੂਲਾਂ ਟਾਈਟ ਕਰਨੀਆਂ ਹੋਣ ਤਾਂ ਖੁਦਾ ਨੇ ਕਿਹੜਾ ਡਾਂਗ ਮਾਰਨੀ ਹੁੰਦੀ ਹੈ, ਬਸ ਮੱਤ ਮਾਰ ਦਿੰਦਾ ਬੰਦੇ ਦੀ। ਅੱਲਾ ਮਾਫ ਕਰੇ, ਹਰਦੀਪ ਦੀ ਵੀ ਮੱਤ ਮਾਰੀ ਗਈ ਹੈ। ਉਸ ਨੇ ਸੋਚ ਲਿਆ ਕਿ ਧੰਨ ਕੌਰ ਕਿਤੇ ਇਕੱਲੀ ਹੀ ਹੈ, ਉਹ ਭਰਾ ਜਿਉਂਦੇ ਨੇ ਅਜੇ। ਧੰਨ ਕੌਰ ਮੰਜੇ ਤੇ ਬੈਠੀ ਹੈ, ਸ਼ਮਸ਼ੇਰ ਅੰਦਰ ਆਇਆ ਹੈ, ਉਹ ਬਹੁਤ ਗੁੱਸੇ ਵਿੱਚ ਨਜ਼ਰ ਆ ਰਿਹਾ ਹੈ।
ਉਸ ਨੇ ਦਾਣਿਆਂ ਵਾਲੇ ਭੜੋਲੇ ਦਾ ਢੱਕਣ ਚੁੱਕਿਆ ਤੇ ਅੰਦਰੋਂ ਰਫਲ ਕੱਢ ਲਈ ਹੈ। ਇਹ ਉਹੀ ਰਫਲ ਹੈ ਜਿਸ ਨਾਲ ਅਜਮੇਰ ਦੀ ਮੌਤ ਹੋਈ ਸੀ। ਧੰਨ ਕੌਰ ਨੇ ਭੱਜ ਕੇ ਜਾ ਉਸ ਨੂੰ ਰੋਕਣਾ ਚਾਹਿਆ। ਵੀਰੇ ਕੀ ਹੋ ਗਿਆ, ਕਿਸ ਨਾਲ ਲੜ ਪਿਆ ਸ਼ਮਸ਼ੇਰ ਵੀਰੇ? ਭਾਬੀ ਅੱਜ ਨਾ ਤੂੰ ਮੈਨੂੰ ਕੁਝ ਨਾ ਪੁੱਛੇਗੀ ਨਾ ਹੀ ਮੈਨੂੰ ਰੋਕੇਗੀ। ਤੈਨੂੰ ਵੱਡੇ ਬਾਈ ਦੀ ਸੌਂ ਲੱਗੇ। ਅੱਜ ਨਾ ਮੈਂ ਇਸ ਘਰ ਵਿੱਚੋਂ ਬੁਰਾਈ ਦੀ ਜੜ ਵੱਢ ਦੇਣੀ ਹੈ। ਨਰਕ ਬਣਾ ਦਿੱਤਾ ਸਾਡੇ ਘਰ ਨੂੰ। ਸ਼ਮਸ਼ੇਰ ਗੁੱਸੇ ਵਿੱਚ ਰਫਲ ਵਿੱਚ ਰੋਂਦ ਪਾਉਂਦਾ ਧੰਨ ਕੌਰ ਨੂੰ ਧੱਕਾ ਮਾਰ ਲੰਘ ਗਿਆ। ਗਿਰ ਗਈ ਹੈ ਧੰਨ ਕੌਰ। ਉਸ ਨੇ ਉੱਠ ਕੇ ਭੱਜ ਕੇ ਚੁੰਨੀ ਚੱਕੀ ਤੇ ਨੰਗੇ ਪੈਰੀ ਸ਼ਮਸ਼ੇਰ ਦੇ ਪਿੱਛੇ ਭੱਜ ਲਈ। ਸ਼ਮਸ਼ੇਰ ਨੇ ਘਰ ਪਹੁੰਚਣ ਸਾਰ ਰਫਲ ਹਰਦੀਪ ਤੇ ਤਾਣ ਲਈ, ਨਾਲ ਦੀ ਨਾਲ ਘੋੜਾ ਦੱਬ ਦਿੱਤਾ। ਰਫਲ ਬਹੁਤ ਦੇਰ ਦੀ ਪਈ ਸੀ, ਕਦੇ ਕਿਸੇ ਸਫਾਈ ਨਹੀਂ ਸੀ ਕੀਤੀ ਤਾਂ ਉਹ ਚੱਲੀ ਨਾ। ਸ਼ਮਸ਼ੇਰ ਨੇ ਫੇਰ ਰਫਲ ਲੋਡ ਕੀਤੀ ਤੇ ਹਰਦੀਪ ਵੱਲ ਨੂੰ ਚਲਾਉਣੀ ਚਾਹੀ ਤਾਂ ਧੰਨ ਕੌਰ ਨੇ ਬੈਰਲ ਫੜ ਕੇ ਆਪਣੇ ਵੱਲ ਨੂੰ ਖਿੱਚੀ। ਇਸ ਵਾਰ ਗੋਲੀ ਚੱਲ ਗਈ। ਉਹ ਹਰਦੀਪ ਕੋਲ ਖੜੇ ਉਸਦੇ ਭਰਾ ਨਰੰਜਨ ਦੇ ਲੱਗੀ। ਰਫੀ ਹੋਰੀ ਵੀ ਪਹੁੰਚ ਗਏ ਹਨ। ਉਹਨਾਂ ਨੇ ਸ਼ਮਸ਼ੇਰ ਕੋਲੋਂ ਰਫਲ ਖੋਹ ਲਈ। ਗੋਲੀ ਚੱਲਣ ਦੇ ਖੜਾਕ ਤੋਂ ਬਾਅਦ ਕਮਰੇ ਵਿੱਚ ਸਰਨਾਟਾ ਛਾ ਗਿਆ। ਗੋਲੀ ਨਰੰਜਨ ਦੀ ਬਾਂਹ ਵਿੱਚ ਲੱਗੀ ਸੀ। ਉਹ ਦਰਦ ਨਾਲ ਚੀਕਾਂ ਮਾਰ ਰਿਹਾ ਸੀ। ਕੋਲ ਖੜੀ ਹਰਦੀਪ ਕਹਿ ਰਹੀ ਸੀ, ਆ ਕੀ ਕਰ ਦਿੱਤਾ ਮੇਰਾ ਵੀਰ? ਮਾਰ ਦਿੱਤਾ ਲੋਕੋ, ਉਹ ਮੇਰਾ ਭਰਾ ਮਾਰ ਦਿੱਤਾ। ਛੱਡ ਦੋ ਮੈਨੂੰ, ਇਸ ਤੀਵੀ ਨੂੰ ਵੀ ਮੁਕਾ ਦੇਣਾ। ਮੈਂ ਤੈਨੂੰ ਨਹੀਂ ਛੱਡਣਾ ਹਰਦੀਪ, ਤੇਰਾ ਅੰਤ ਵੀ ਮੇਰੇ ਹੱਥੋਂ ਲਿਖਿਆ। ਸ਼ਮਸ਼ੇਰ ਬਹੁਤ ਗੁੱਸੇ ਵਿੱਚ ਸੀ। ਗੋਲੀ ਦੀ ਆਵਾਜ਼ ਸੁਣ ਸਾਹਮਣੇ ਆਟਾ ਚੱਕੀ ਤੇ ਬੈਠੇ ਪਿੰਡ ਵਾਲੇ ਵੀ ਆ ਗਏ। ਉਹ ਨਰੰਜਨ ਨੂੰ ਚੱਕ ਕੇ ਹਸਪਤਾਲ ਲੈ ਗਏ। ਹਰਦੀਪ ਨੇ ਡਰਦੀ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਧੰਨ ਕੌਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ, ਲੜਾਈ ਕਿਸ ਗੱਲ ਦੀ ਹੈ। ਧੰਨ ਕੌਰ ਦੇ ਭਰਾ ਸ਼ਮਸ਼ੇਰ ਨੂੰ ਧੰਨ ਕੌਰ ਵੱਲ ਲੈ ਆਏ। ਉਹਨਾਂ ਉਸ ਨੂੰ ਬਹੁਤ ਸਮਝਾਇਆ, ਸ਼ਮਸ਼ੇਰ ਵੀਰੇ ਬੰਦੇ ਮਾਰਨੇ ਸਮੱਸਿਆ ਦਾ ਹੱਲ ਥੋੜੀ ਆ, ਜੇ ਕੋਈ ਮਰ ਗਿਆ ਤਾਂ ਤੂੰ ਵੀ ਅੰਦਰ ਹੋ ਜਾਵੇਂਗਾ, ਫੇਰ ਇਹ ਘਰ ਖਤਮ ਹੋ ਜਾਊ। ਬਾਈ ਠਰਮੇ ਤੋਂ ਕੰਮ ਲੈ ਤੇ ਹਰਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ। ਅਸੀਂ ਨਾ ਧੰਨ ਕੌਰ ਭੈਣ ਤੇ ਜਸ ਨੂੰ ਲੈਣ ਆਏ ਸੀ, ਸਾਡੇ ਕੋਲ ਰਹੇਗੀ ਤਾਂ ਅਸੀਂ ਨਾ ਜਸ ਦਾ ਧਿਆਨ ਰੱਖਾਂਗੇ। ਹੁਣ ਆ ਜਿਹੜੀ ਉਸ ਨੂੰ ਨਸ਼ੇ ਦੀ ਭੈੜੀ ਬਿਮਾਰੀ ਲੱਗ ਗਈ ਹੈ, ਉਸ ਨੂੰ ਵੀ ਤਾਂ ਖਤਮ ਕਰਨਾ ਹੈ। ਵਿੱਚੋਂ ਕੋਈ ਬੋਲਿਆ, ਸੱਚੀ ਸੱਚੀ ਜਸ ਨਸ਼ਾ ਕਰਦਾ ਹੈ? ਧੰਨ ਕੌਰ ਨੇ ਹੈਰਾਨੀ ਨਾਲ ਪੁੱਛਿਆ। ਰਫੀ ਨੇ ਜਦੋਂ ਹਰਦੀਪ ਤੇ ਨਰੰਜਨ ਦੀ ਸਾਰੀ ਚਾਲ ਦੱਸੀ ਤਾਂ ਸ਼ਮਸ਼ੇਰ ਨੇ ਹਾਮੀ ਭਰਦੇ ਨੇ ਕਿਹਾ, ਇਹ ਸੱਚ ਕਹਿੰਦੇ ਨੇ ਭਾਬੀ, ਬੰਦੇ ਨੂੰ ਕੋਈ ਬਾਹਰ ਵਾਲੇ ਥੋੜੀ ਨਾ ਮਾਰਦੇ ਹੁੰਦੇ ਨੇ, ਦੁਸ਼ਮਣ ਤਾਂ ਘਰ ਵਿੱਚ ਹੀ ਬੈਠੇ ਹੁੰਦੇ ਨੇ। ਉਹ ਨਾ ਬਸ ਪਹਿਚਾਣ ਨਹੀਂ ਹੁੰਦੇ, ਵਿਸ਼ਵਾਸ ਦੀ ਚਾਦਰ ਲਈ ਫਿਰਦੇ ਰਹਿੰਦੇ ਨੇ ਨਾਲ ਨਾਲ। ਪਹਿਲੀ ਵਾਰ ਧੰਨ ਕੌਰ ਨੂੰ ਗੁੱਸੇ ਵਿੱਚ ਦੇਖਿਆ ਹੈ ਸਾਰਿਆਂ ਨੇ। ਆਖਰ ਇੱਕ ਮਾਂ ਦੇ ਪੁੱਤ ਦੀ ਜ਼ਿੰਦਗੀ ਦਾ ਸਵਾਲ ਹੈ, ਤੜਫ ਉੱਠੀ ਹੈ ਧੰਨ ਕੌਰ। ਉਹ ਬੋਲੀ, ਸ਼ਮਸ਼ੇਰ ਮੈਨੂੰ ਮਾਣ ਹੈ ਤੇਰੇ ਤੇ, ਤੂੰ ਇਸ ਸਾਜ਼ਿਸ਼ ਵਿੱਚ ਸ਼ਾਮਿਲ ਨਹੀਂ। ਅਜਮੇਰ ਵੀ ਅਕਸਰ ਕਹਿੰਦੇ ਹੁੰਦੇ ਸੀ, ਧੰਨ ਕੌਰ ਮੇਰੇ ਭਰਾ ਵਰਗਾ ਕਿਸੇ ਦਾ ਕੋਈ ਭਰਾ ਨਹੀਂ ਹੋਣਾ, ਤੂੰ ਆਪਣੇ ਵੀਰ ਦੇ ਵਿਸ਼ਵਾਸ ਨੂੰ ਉਸ ਦੇ ਤੁਰ ਜਾਣ ਤੇ ਵੀ ਬਣਾਈ ਰੱਖਿਆ। ਚੱਲ ਭੈਣ ਚੱਲੀਏ, ਸਮਾਨ ਅਸੀਂ ਬਾਅਦ ਵਿੱਚ ਚੱਕ ਕੇ ਲੈ ਜਾਵਾਂਗੇ, ਧੰਨ ਕੌਰ ਦਾ ਵੀਰ ਬੋਲਿਆ। ਸ਼ਮਸ਼ੇਰ ਨੀਵੀਂ ਪਾ ਕੇ ਕੋਲ ਚੁੱਪ ਬੈਠਾ ਸੀ। ਧੰਨ ਕੌਰ ਬੋਲੀ, ਮੈਂ ਅੱਜ ਜ਼ਰੂਰ ਚੱਲਾਂਗੀ ਤੁਹਾਡੇ ਨਾਲ ਵੀਰੋ, ਪਰ ਜਸ ਦੇ ਠੀਕ ਹੋਣ ਤੇ ਮੁੜ ਵਾਪਸ ਆਪਣੇ ਘਰ ਆਵਾਂਗੀ। ਮੇਰੇ ਉੱਥੇ ਰਹਿਣ ਵਿੱਚ ਸ਼ਮਸ਼ੇਰ ਦੇ ਪਿੰਡ ਵਿੱਚ ਹਦਕ ਹੋਵੇਗੀ।
ਇਹ ਵੀ ਮੇਰਾ ਵੀਰ ਹੈ, ਮੈਂ ਭਲਾ ਇਸ ਦਾ ਸਿਰ ਕਿਵੇਂ ਨੀਵਾਂ ਕਰ ਸਕਦੀ ਹਾਂ। ਮਾਫ ਕਰ ਦੇ ਭਾਬੀ, ਸਾਨੂੰ ਮਾਫ ਕਰ ਦੇ। ਰੋ ਰਿਹਾ ਹੈ ਸ਼ਮਸ਼ੇਰ, ਪਰ ਜਾਣ ਤੋਂ ਪਹਿਲਾਂ ਲਿਆ ਆਹ ਅੱਗ ਲੱਗਣੀ ਰਫਲ ਚੁੱਲ੍ਹੇ ਵਿੱਚ ਦੇ ਦੇਵਾਂ। ਜਿਹੜੀ ਗੱਲ ਬੋਲ ਕੇ ਕੀਤੀ ਜਾ ਸਕਦੀ ਹੈ, ਜਦੋਂ ਉਹ ਗੱਲਾਂ ਘਰ ਵਿੱਚ ਰਫਲਾਂ ਨਾਲ ਹੋਣ ਲੱਗ ਪੈਣ, ਫਿਰ ਉਹਨਾਂ ਘਰਾਂ ਦਾ ਤਾਂ ਰੱਬ ਵੀ ਕੁਝ ਨਹੀਂ ਸਵਾਰ ਸਕਦਾ। ਸੱਚੀ ਰਫਲ ਚੁੱਲ੍ਹੇ ਵਿੱਚ ਲਾ ਦਿੱਤੀ ਧੰਨ ਕੌਰ ਨੇ। ਫਿਰ ਉਹ ਹਰਦੀਪ ਕੋਲ ਗਈ, ਉਸਨੂੰ ਕਹਿਣ ਲੱਗੀ, ਹਰਦੀਪ, ਪੜ੍ਹਨ ਲਿਖਣ ਨਾਲ ਬੇਸ਼ੱਕ ਅੱਖਰ ਸਮਝਣ ਦੀ ਲਿਆਕਤ ਆ ਜਾਂਦੀ ਹੋਵੇ, ਪਰ ਜ਼ਿੰਦਗੀ ਜਿਉਣ ਦੀ ਲਿਆਕਤ ਤਾਂ ਜ਼ਿੰਦਗੀ ਤੋਂ ਹੀ ਸਿੱਖਣੀ ਪੈਂਦੀ ਹੈ। ਤੈਨੂੰ ਜ਼ਮੀਨ ਚਾਹੀਦੀ ਸੀ ਤਾਂ ਕਿਤੇ ਪਿਆਰ ਨਾਲ ਆ ਕੇ ਕਹਿੰਦੀ, ਮੈਂ ਇਹਨਾਂ ਤਿੰਨੇ ਭਰਾਵਾਂ ਵਿੱਚ ਬਰਾਬਰ ਵੰਡ ਦਿੰਦੀ, ਪਰ ਤੂੰ ਤਾਂ ਮੇਰਾ ਪੁੱਤ ਮਾਰਨ ਦੀ ਤਿਆਰੀ ਕਰ ਲਈ। ਮੈਨੂੰ ਇਹ ਉਮੀਦ ਨਹੀਂ ਸੀ ਤੇਰੇ ਤੋਂ, ਮੇਰਾ ਤੈਨੂੰ ਜ਼ਰਾ ਵੀ ਖਿਆਲ ਨਾ ਆਇਆ। ਹੱਥ ਜੋੜੀ ਖੜੀ ਹੈ ਹਰਦੀਪ, ਸ਼ਰਮਸਾਰ ਹੈ ਆਪਣੇ ਕੀਤੇ ਤੇ। ਧੰਨ ਕੌਰ ਨੂੰ ਆਪਣੇ ਪੇਕੇ ਕਿਲਾ ਰਾਏਪੁਰ ਆਈ ਨੂੰ ਕਾਫੀ ਦਿਨ ਹੋ ਗਏ ਨੇ, ਜਸ ਬਹੁਤ ਠੀਕ ਹੋ ਗਿਆ ਹੈ, ਸ਼ਮਸ਼ੇਰ ਵਿੱਚ ਆ ਕੇ ਉਸ ਨੂੰ ਮਿਲ ਜਾਂਦਾ ਹੈ। ਅੱਜ ਸ਼ਮਸ਼ੇਰ ਤੇ ਹਰਦੀਪ ਉਹਨਾਂ ਨੂੰ ਘਰ ਵਾਪਸ ਲੈਣ ਆਏ ਹਨ। ਰਾਹ ਵਿੱਚ ਸ਼ਮਸ਼ਾਨ ਵਿੱਚ ਕਿਸੇ ਦਾ ਸਿਵਾ ਬਲ ਰਿਹਾ ਹੈ। ਸ਼ਮਸ਼ੇਰ ਨੇ ਹਰਦੀਪ ਨੂੰ ਕਿਹਾ, ਹਰਦੀਪ, ਅਸਲ ਵਿੱਚ ਇਨਸਾਨ ਨੂੰ ਪੂਰੀ ਜ਼ਿੰਦਗੀ ਜਿਉਣ ਤੋਂ ਬਾਅਦ ਆਹ 2 ਗਜ਼ ਥਾਂ ਦੀ ਲੋੜ ਪੈਂਦੀ ਹੈ। ਐਵੇਂ ਬੰਦਾ ਮੇਰੀ ਤੇਰੀ ਵਿੱਚ ਫਸਿਆ ਜ਼ਿੰਦਗੀ ਬਰਬਾਦ ਕਰ ਲੈਂਦਾ। ਧੰਨ ਕੌਰ ਆਪਣੇ ਘਰ ਬੌਂਦਲ ਪਹੁੰਚੀ ਤਾਂ ਦੇਖ ਕੇ ਬਹੁਤ ਖੁਸ਼ ਹੋਈ। ਉਹ ਦੀਵਾਰ ਜੋ ਵਿਹੜੇ ਵਿੱਚ ਘਰ ਵੰਡਣ ਲਈ ਉਸਾਰੀ ਸੀ, ਉਹ ਸ਼ਮਸ਼ੇਰ ਤੇ ਹਰਦੀਪ ਨੇ ਗਿਰਾ ਦਿੱਤੀ ਹੈ। ਅੰਦਰੋਂ ਭੱਜ ਕੇ ਆ ਸ਼ਮਸ਼ੇਰ ਦੇ ਪੁੱਤਾਂ ਨੇ ਜੱਸ ਨੂੰ ਜੱਫੀ ਪਾਈ ਹੈ। ਜ਼ਿੰਦਗੀ ਜ਼ਿੰਦਾਬਾਦ। ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਵੋ ਅਤੇ ਇੱਕ ਵਧੀਆ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ 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 ਧੰਨਵਾਦ।